ਗੁਰੂ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਮੀਰੀ ਪੀਰੀ ਦਾ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਸੱਚਖੰਡ ਵੱਲ ਮੁੱਖ ਕਰਕੇ ਇਸ ਪਵਿੱਤਰ ਸਥਾਨ ਦੀ ਰਚਨਾ ਕੀਤੀ। ਔਰ ਜਦੋਂ ਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਪਾਤਸ਼ਾਹ ਦਾ ਇਹ ਪਵਿੱਤਰ ਤਖ਼ਤ ਤੇ ਕੋਈ ਜਥੇਦਾਰ ਸਾਹਿਬ ਸੁਸ਼ੋਭਿਤ ਹੁੰਦੇ ਆ ਤੇ ਸਭ ਤੋਂ ਪਹਿਲਾਂ ਉਹਨੂੰ ਸਿਰਪਾਉ ਦੀ ਬਖਸ਼ਿਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਕਰਦੇ। ਸੋ ਇਹ ਸਤਿਗੁਰਾਂ ਨੇ ਸਿੱਖਾਂ ਨੂੰ ਇੱਕ ਨਵੇਕਲਾ ਸਿਧਾਂਤ ਬਖਸ਼ਿਸ਼ ਕੀਤਾ ਸੀ, ਅੱਜ ਪ੍ਰਣਾਉਣ ਦੀ ਲੋੜ ਆ। ਅੱਜ ਮੈਂ ਦੇਖਦਾ ਜਿਹੜੇ ਧਾਰਮਿਕ ਲੋਕ ਆ ਉਹ ਧਰਮ ਵੱਲ ਨਹੀਂ ਸਿੱਧੇ ਆ ਤੇ ਜਿਹੜੇ ਰਾਜਨੀਤਿਕ ਆ ਉਹ ਇਕੱਲੀ ਰਾਜਨੀਤੀ ਕਰਦੇ। ਸੋ ਦੋਹਾਂ ਦਾ ਸਤਿਗੁਰੂ ਜੀ ਨੇ ਸਾਨੂੰ ਸੁਮੇਲ ਬਖਸ਼ਿਸ਼ ਕੀਤਾ ਸੀ। ਜਦੋਂ ਵੀ ਗੁਰੂ ਕਾ ਸਿੱਖ ਇਸ ਪਵਿੱਤਰ ਸਿਧਾਂਤ ਤੇ ਪਹਿਰਾ ਦਿੰਦਾ ਧਰਮ ਤੇ ਰਾਜਨੀਤੀ ਨੂੰ ਤੇ ਰਾਜਨੀਤੀ ਨੂੰ ਧਰਮ ਦੀ ਤਾਬਿਆ ਲੈ ਕੇ ਚੱਲਦਾ, ਫਿਰ ਸਤਿਗੁਰੂ ਜੀ ਆਪਣਾ ਤਾਣ ਵੀ ਬਖਸ਼ਿਸ਼ ਕਰਦੇ ਆ। ਸੋ ਅੱਜ ਸਥਾਪਨਾ ਦਿਵਸ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ। ਦੇਖੋ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੀ ਸੁਪਰੀਮ ਬਾਡੀ ਆ, ਜਿਹੜੀਆਂ ਉਹਨਾਂ ਨੇ ਆਦੇਸ਼ ਕੀਤੇ ਆ, ਉਹ ਦੇਸ਼ਾਂ ਨੂੰ ਅਸੀਂ ਯਤਨ ਕਰਾਂਗੇ ਪ੍ਰਬੰਧਕ ਕਰਤਾ ਨਾਲ, ਮੈਨੇਜਰ ਸਾਹਿਬ ਨਾਲ ਤੇ ਛੋਟੇ ਮੈਨੇਜਰ ਜਿਹੜੇ ਉਹਨਾਂ ਨਾਲ ਅੱਜ ਬੈਠ ਕੇ ਗੱਲ ਕਰਾਂਗੇ ਤੇ ਸਾਰੀਆਂ ਲਾਗੂ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਾ ਤੇਰਾ ਦਰਬਾਰ ਸੱਚਾ ਤਖ਼ਤ ਸ਼ਾਹਾਂ ਪਾਤਸ਼ਾਹ ਧੰਨ ਧੰਨ ਮੇਰੀ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਏ ਦੇ ਪਹਾੜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਸੀ। ਔਰ ਸਿੱਖਾਂ ਨੂੰ ਮੇਰੀ ਪੀਰ ਦੇ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਦੁਨਿਆਵੀ ਤਖ਼ਤ ਸਮੇਂ ਸਮੇਂ ਤੇ ਕਦਮ ਹੋ ਜਾਂਦੇ ਨੇ, ਲੇਕਿਨ ਜੋ ਅਕਾਲ ਦਾ ਤਖ਼ਤ ਹੈ, ਜੋ ਸਮੇਂ ਤੋਂ ਰਹਿਤ ਹੈ, ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ, ਉਹ ਜੁਗੋ ਜੁਗ ਕਾਲ ਹੈ। ਅੱਜ ਮੇਰੀ ਪੀਰ ਦੇ ਮਾਲਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਤੇ ਸਿੱਖਾਂ ਨੂੰ ਜੋ ਸਿਧਾਂਤ ਕੋਸ਼ਿਸ਼ ਕੀਤਾ, ਸਾਡਾ ਸਭ ਤੋਂ ਫਰਜ਼ ਬਣਦਾ ਹੈ ਕਿ ਅਸੀਂ ਮੇਰੀ ਪੀਰ ਦੇ ਸਥਾਨ ਤੇ ਪਹਿਰਾ ਦਿੰਦੇ ਹੋਏ ਸ਼ਸਤਰ ਅਤੇ ਸ਼ਾਸਤਰ ਦੇ ਧਾਰਨੀ ਹੋਈਏ, ਭਾਵ ਅਸੀਂ ਬਾਣੀ ਅਤੇ ਬਾਣੀ ਦੇ ਨਾਲ ਜੁੜੀਏ, ਅੰਤ ਛੱਕੀਏ ਸ਼ਸਤਰਧਾਰੀ ਹੋਈਏ, ਗੁਰੂ ਵਾਲੇ ਮੰਨ ਕੇ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੇ ਸੰਤਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਬਹੁਤ ਬਹੁਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਭੋਰੇ ਦੇ ਵਿੱਚ ਬੇਸਮੈਂਟ ਦੇ ਵਿੱਚ ਉਹਦਾ ਸੇਵਾ ਪਾਸੇ ਚੱਲ ਰਹੀ ਹੈ, ਪਰ ਯਤਨ ਕਰਨਾ ਚਾਹੀਦਾ ਹੈ ਛੇਤੀ ਛੇਤੀ ਚਾਲੂ ਕਰਕੇ ਤੇ ਇਸ਼ਨਾਨ ਦੀ ਸੇਵਾ ਕਰਦੇ ਜਾਂਦੇ।